ये कहंदे मैं सियासत छड़ दूं जे संगरूर दी राजधानी चो असी चुनाव हार गए। ये साडी राजधानी है, मैं दिखा दूंगा। ये तुसी क्या सी भी कितों आम आदमी पार्टी देश चो कितों हार। ठीक है, जदों बजट उत्ते बहस चल रही सी तां ओपोजिशन ने भी काफ़ी सवाल चके कि जिहड़ा बजट आ ਉਹ ਠੀਕ ਨਹੀਂ ਹੈ ਸਪੀਕਰ ਸਾਹਿਬ। ਇਸ ਤਰੀਕੇ ਦੇ ਕਾਫੀ ਜਿਹੜੇ ਇਹਨਾਂ ਵੱਲੋਂ ਬਿਆਨ ਆਏ। ਰਾਜਾ ਸਾਹਿਬ ਨੇ ਗੱਲ ਕੀਤੀ ਕਿ ਅਸੀਂ ਬੱਸ ਸਟੈਂਡਾਂ ਦੇ ਜਿਹੜੇ ਪਹਿਲਾਂ ਹੀ ਟੈਂਡਰ ਕਰ ਚੁੱਕੇ ਸੀਗੇ, ਮੈਂ ਉਹਨਾਂ ਦੇ ਧਿਆਨ 'ਚ ਦਿਵਾਉਣਾ ਚਾਹੁੰਦੀ ਹਾਂ, ਸਾਡੇ ਬਹੁਤ ਹੀ ਸਤਿਕਾਰਯੋਗ, ਕਿ ਤੁਸੀਂ ਜਿਹੜਾ ਖਰੜ ਦਾ ਬੱਸ ਸਟੈਂਡ ਦਾ ਉਦਘਾਟਨ ਕੀਤਾ ਸੀ, ਉਸ ਬੱਸ ਸਟੈਂਡ ਦਾ ਇਹਨਾਂ ਨੇ 25 ਨਵੰਬਰ ਨੂੰ ਉਦਘਾਟਨ ਕੀਤਾ, 26 ਨਵੰਬਰ ਨੂੰ ਉਹਦਾ ਟੈਂਡਰ ਪਾਇਆ ਅਤੇ 22-20 ਦਸੰਬਰ ਨੂੰ ਲਗਭਗ ਉਹ ਜਿਹੜਾ ਟੈਂਡਰ ਆ ਕੈਂਸਲ ਕਰ ਦਿੱਤਾ ਗਿਆ। ਕਿਸੇ ਪ੍ਰਕਾਰ ਦੀ ਕੋਈ ਰਕਮ ਆ ਜਿਹੜੀ ਖਰੜ ਹਲਕੇ ਨੂੰ ਨਹੀਂ ਆਈ, ਉਹ ਸਿਰਫ ਇੱਕ ਟੈਂਡਰ ਸੀ ਜੀ। ਸੋ ਇਸੇ ਤਰੀਕੇ ਜੇ ਆਪਾਂ ਇਹ ਕਹੀਏ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਬੜੀ ਵਧੀਆ ਸੀ, ਤਾਂ ਜੇ ਅਸੀਂ ਸਿਹਤ ਦੀ ਗੱਲ ਕਰੀਏ ਤੇ ਹਾਂਜੀ ਪੁਆਇੰਟ ਆਫ ਆਰਡਰ ਗਿਵਨ ਸਪੀਕਰ ਸਾਹਿਬ, ਮੈਂ ਬੀਬਾ ਜੀ ਨੂੰ ਇੱਕ ਮਿੰਟ ਜੀ, ਮੇਰਾ ਖਿਆਲ ਹੈ ਇਹ ਫਸਟ ਟਾਈਮ ਬੋਲ ਰਹੇ ਜੀ, ਮੈਨੂੰ ਕੋਈ ਇਤਰਾਜ਼ ਨਹੀਂ ਇਹਨਾਂ ਤੇ। ਤੋ ਲੈਟ ਹਰ ਕੰਪਲੀਟ, ਤੁਸੀਂ ਨੋਟ ਕਰ ਲਓ, ਨੋਟ ਕਰ ਲਓ, ਬਾਅਦ ਜਵਾਬ ਦਿਓ। ਰਾਜਾ ਜੀ, ਬੀਬਾ ਜੀ, ਰਾਜਾ ਜੀ, ਤੁਸੀਂ ਨੋਟ ਕਰ ਲਓ, ਤੁਹਾਡੇ ਤੋਂ ਜਵਾਬ ਲੈ ਲਾਂਗੇ। ਸ਼ੀ ਇਜ਼ ਫਸਟ ਟਾਈਮ ਸਪੀਕਿੰਗ। ਜੀ, ਸ਼ੀ ਇਜ਼ ਸਪੀਕਿੰਗ ਫਸਟ ਟਾਈਮ। ਦੇਖੋ, ਸੀਨੀਅਰ ਨੇ ਜਦੋਂ ਕੋਈ ਫਸਟ ਟਾਈਮ ਬੋਲ ਰਿਹਾ ਹੋਵੇ ਜੀ, ਹਾਂਜੀ, ਬਾਅਦ 'ਚ ਜ਼ਰੂਰ ਇਹਨਾਂ ਦੀ ਗੱਲ ਸੁਣਾਂਗੇ ਜੀ। ਆਈ ਨੋ ਯੂ ਕੈਨ ਰਿਪਲਾਈ। ਸੁਣ ਲਓ, ਮੇਰੀ ਬੇਨਤੀ ਹੈ ਜੀ, ਮੈਂ ਛੋਟੀ ਹਾਂ ਤੁਹਾਡੇ ਤੋਂ, ਸੁਣ ਲਓ। ਜੇ ਭੈਣ ਕਹਿ ਹੀ ਦਿੱਤਾ ਤਾਂ ਸੁਣ ਲਓ ਜੀ। ਚਲੋ ਹੁਣ ਕੋਈ ਨਹੀਂ, ਤੁਸੀਂ ਬੋਲ ਲਿਓ ਜੀ, ਮੇਰੇ ਤੋਂ ਬਾਅਦ ਬੋਲ ਲਿਓ, ਤੁਹਾਨੂੰ ਟਾਈਮ ਮਿਲੂਗਾ, ਟਾਈਮ ਮਿਲੂਗਾ ਜੀ, ਸਾਰੇ ਵਿਸ਼ਿਆਂ ਤੇ ਬੋਲ ਲਿਓ, ਬੋਲਣ ਦਿਓ, ਬੋਲ ਦਿਓ। ਇੱਕ ਮਿੰਟ ਅਨਮੋਲ ਜੀ, ਸਪੀਕਰ ਸਾਹਿਬ, ਇਹ ਅਨਮੋਲ ਜੀ ਇੱਕ ਇੱਕ ਰਾਜਾ ਜੀ, ਇਹ ਤਾਂ ਕਨਵੈਨਸ਼ਨ ਹੀ ਰਹੀ ਹੈ, ਇਹ ਤਾਂ ਕਨਵੈਨਸ਼ਨ ਹੀ ਰਹੀ ਹੈ, ਇਹ ਤਾਂ ਕਨਵੈਨਸ਼ਨ ਹੀ ਰਹੀ ਆ। ਫਸਟ ਟਾਈਮ ਜਿਹੜਾ ਬੋਲਦਾ ਉਹਨੂੰ ਬੋਲਣ ਦਿਓ। ਤੁਸੀਂ ਜਵਾਬ ਦੇ ਦਿਓ, ਮੈਂ ਤੁਹਾਡੇ ਕੋਲ ਜਵਾਬ ਦਵਾਵਾਂਗਾ, ਮੈਂ ਜਵਾਬ ਦਵਾਵਾਂਗਾ ਜੀ। ਅਨਮੋਲ ਜੀ, ਮਾਣਯੋਗ ਸਪੀਕਰ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਟਾਈਮ ਦੇ ਰਹੇ ਹੋ। ਪਹਿਲੀ ਵਾਰ ਜਦੋਂ ਬੋਲਣਾ ਹੁੰਦਾ, ਕਿਉਂਕਿ ਨਵੇਂ ਆ ਹਲੇ, ਅਤੇ ਕੋਸ਼ਿਸ਼ ਕਰੀਦੀ ਆ ਵੀ ਜੇ ਖਰੜ ਦੇ ਲੋਕਾਂ ਨੇ ਮੈਨੂੰ ਇੱਥੇ ਚੁਣ ਕੇ ਭੇਜਿਆ ਤਾਂ ਮੈਂ ਲੋਕਾਂ ਦੀ ਆਵਾਜ਼ ਬਣਾ। ਪਾਣੀ ਹਲਕਾ ਖਰੜ ਦੀ ਗੱਲ ਨਹੀਂ ਕਰ ਰਹੀ ਜੀ, ਪੂਰਾ ਪੰਜਾਬ ਪੀਣ ਵਾਲੇ ਪਾਣੀ ਨੂੰ ਤਰਸ ਰਿਹਾ। 3 ਵਾਰੀ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਿਆ ਗਿਆ, 2006 'ਚ ਰੱਖਿਆ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਨੇ, 2021 'ਚ ਰੱਖਿਆ ਕਾਂਗਰਸ ਪਾਰਟੀ ਦੇ ਪ੍ਰਧਾਨ ਜੀ ਨੇ, ਪਰ ਹੋਇਆ ਕੁਛ ਨਹੀਂ। ਠੀਕ ਹੈ ਜੀ, ਕਜੌਲੀ ਵਾਟਰ ਵਰਕਸ, ਦਸ਼ਮੇਸ਼ ਨਹਿਰ, ਖਰੜ ਦਾ ਪਾਣੀ ਹੈ ਜਿਹੜਾ ਉਹ ਬਿਲਕੁਲ ਡਾਊਨ ਚੱਲਿਆ ਗਿਆ। ਲੋਕ ਜੇ ਟਿਊਬਵੈੱਲ ਲਾ ਲੈਣ, ਕਿਸਾਨ ਜਦੋਂ ਲਾ ਲੈਂਦੇ ਆ, ਮਾਣਯੋਗ ਸਪੀਕਰ ਸਾਹਿਬ, 2 ਸਾਲਾਂ ਦੇ ਵਿੱਚ ਟਿਊਬਵੈੱਲ ਫੇਲ ਹੋ ਜਾਂਦਾ ਅਤੇ ਅੱਜ ਪਾਣੀ ਦਾ ਸਤਰ ਪੰਜਾਬ ਦਾ ਡਾਊਨ ਚੱਲ ਗਿਆ। ਅੱਜ ਤੁਸੀਂ ਸੁਝਾਅ ਦਿੰਦੇ ਹੋ ਸਾਨੂੰ, ਸੁਝਾਅ ਅਸੀਂ ਤੁਹਾਡੇ ਤੋਂ ਤਾਂ ਲਈਏ ਜੇ ਅੱਜ ਤੱਕ ਤੁਸੀਂ ਪੰਜਾਬ ਲਈ ਕੁਛ ਕੀਤਾ ਹੋਵੇ, ਅਸੀਂ ਤਾਂ ਸੁਝਾਅ ਲੈ ਸਕਦੇ ਹਾਂ। ਠੀਕ ਹੈ ਜੀ, ਤੁਸੀਂ ਸਮਝੋ ਵੀ ਇੱਥੇ ਬੈਠਣ ਦਾ ਕਾਰਨ ਇਹ ਹੈ, ਇਹ ਬਹੁਤ ਵੱਡਾ ਮਾਣ ਹੁੰਦਾ। ਅਸੀਂ ਬਾਂਹ ਕੱਢ ਕੇ ਕਹਿੰਦੇ ਹਾਂ ਵੀ ਕਦੇ ਕੋਈ ਅੱਧੇ ਪੈਸੇ ਦਾ ਸਾਡੇ ਕਿਸੇ MLA 'ਤੇ ਕੋਈ ਇਲਜ਼ਾਮ ਲਾ ਦੇਵੇ, ਇਮਾਨਦਾਰ ਪਾਰਟੀ ਅਤੇ ਇਮਾਨਦਾਰੀ ਨਾਲ ਕੰਮ ਕਰਕੇ ਦਿਖਾਵਾਂਗੇ। ਜੇ 5 ਸਾਲਾਂ ਦੇ ਵਿੱਚ ਅਸੀਂ ਉਹ ਕੰਮ ਨਾ ਕੀਤੇ ਜਿਹੜੇ ਤੁਸੀਂ 70 ਸਾਲਾਂ 'ਚ ਨਹੀਂ ਕੀਤੇ, ਮੈਂ ਸਿਆਸਤ ਛੱਡ ਦਊਂਗੀ ਜੀ, ਮੈਨੂੰ ਮੇਰੇ ਮੁੱਖ ਮੰਤਰੀ ਸਾਹਿਬ 'ਤੇ ਮਾਣ ਹੈ। ਅਸੀਂ ਕੰਮ ਕਰਾਂਗੇ, ਬਜਟ ਪੇਸ਼ ਹੋ ਗਿਆ ਜੀ, ਤੁਸੀਂ ਉਹ 'ਚ ਨੁਕਸ ਕੱਢ ਰਹੇ ਹੋ। ਮੁੱਦਾ ਪਤਾ ਕੀ ਹੈ ਜੀ, ਸਾਰੇ ਮੈਂਬਰ ਸਾਹਿਬ ਸਹਿਮਤ ਹੋਣਗੇ, ਮੁੱਦਾ ਇਹ ਹੈ ਜੀ ਕਿ ਉਸ ਬਜਟ ਨੂੰ ਇੰਪਲੀਮੈਂਟ ਕਿਵੇਂ ਕਰਦੇ ਹੋ, ਕਿ ਇਮਾਨਦਾਰੀ ਨਾਲ ਉਹ ਪੈਸਾ ਜਿਹੜਾ ਲੋਕਾਂ ਦਾ ਟੈਕਸ ਦਾ ਉਹ ਲੋਕਾਂ 'ਚ ਜਾਂਦਾ ਕਿ ਸਾਡੇ ਬੈਂਕਾਂ 'ਚ ਜਾਂਦਾ, ਕਿ ਸਾਡੇ ਘਰ ਵੱਡੇ ਹੁੰਦੇ ਆ, ਕਿ ਲੋਕਾਂ ਨੂੰ ਸਹੂਲਤਾਂ ਮਿਲਦੀਆਂ। ਕੱਚੇ ਘਰਾਂ 'ਚ ਲੋਕ ਰੋਂਦੇ ਨੇ ਜੀ, ਲੋਕ ਪੀਣ ਵਾਲੇ ਪਾਣੀ ਨੂੰ ਤਰਸੀ ਜਾਂਦੇ ਆ, ਸ਼ਹਿਰਾਂ 'ਚ ਕੂੜਿਆਂ ਦੇ ਢੇਰ ਲੱਗੇ ਪਏ ਨੇ, ਬੁਰਾ ਹਾਲ ਹੈ ਪੰਜਾਬ ਦਾ, ਅਤੇ ਅਸੀਂ ਗੱਲਾਂ ਕਰਦੇ ਹਾਂ, ਸਾਡੇ 'ਚ ਨੁਕਸ ਕੱਢਦੇ, ਸਾਨੂੰ ਟਾਈਮ ਤਾਂ ਦਿਓ। ਤੁਸੀਂ ਸਾਨੂੰ ਕਹਿੰਦੇ ਹੋ ਤੁਸੀਂ ਕੀ ਕੀਤਾ, ਇਹ ਤਾਂ ਉਹ ਗੱਲ ਹੈ ਜਿਵੇਂ ਰੋੜੀ ਸਾਹਿਬ ਨੇ ਕਿਹਾ ਸੀ ਕਿ ਜਵਾਕ ਕੱਲ੍ਹ ਜੰਮਿਆ ਅਤੇ 3 ਦਿਨਾਂ ਬਾਅਦ ਪੁੱਛ ਰਹੇ ਵੀ ਜਵਾਕ ਕਿੱਡਾ ਕੁ ਹੋ ਗਿਆ। ਟਾਈਮ ਤਾਂ ਦਿਓ ਨਾ ਜੀ, ਅਸੀਂ ਕਰਾਂਗੇ ਕੰਮ, ਤੁਸੀਂ 1 ਸਾਲ ਬਾਅਦ ਤਾਂ ਥੋੜ੍ਹਾ ਬਹੁਤ ਜੱਜ ਕਰ ਸਕਦੇ ਹੋ। 5 ਸਾਲ ਅਸੀਂ ਮੰਗ ਰਹੇ ਹਾਂ, ਤੁਹਾਨੂੰ ਅਸੀਂ 70 ਸਾਲਾਂ ਤੋਂ ਉੱਪਰ ਦਿੱਤੇ ਸੀ, ਅਸੀਂ ਸਿਰਫ 5 ਸਾਲ ਮੰਗ ਰਹੇ ਹਾਂ। ਪਰ ਇਸ ਗੱਲ ਨੂੰ ਸਮਝੋ ਵੀ ਲੋਕ ਨਹੀਂ ਨਕਾਰਦੇ,
जे तुसी काम किते हुंदे तां लोक थोड़े नाल हुंदे, तां आम आदमी पार्टी कदे पैदा ही ना हुंदी। जे तुसी काम किते हुंदे, ए बदला तां ही आया क्योंकि लोक माड़ियां सरकारां तों अक चुके सी, थक चुके सी। सानू तुहाडे नाल नॉलेज घट होगी मैं मन लैनी हाँ, पर साडे च इमानदारी ते पंजाब प्रति प्यार पूरा है। साडे च इमानदारी पूरी है, साडे च काम करन दा जज्बा पूरा, ते थोनू असी पंज सालां दे विच काम करके दिखावांगे। हले ते कहानी शुरू हुई है, हले ते अगे अगे असी बड़ा कुछ करांगे। इनकलाब जिंदाबाद, इनकलाब जिंदाबाद। माननीय स्पीकर साहब बहुत बहुत धन्यवाद जी। डॉक्टर राज कुमार चब्बेवाल जी, सर तुहाडे 8 मिनट ने, तुहानू 10 मिनट दिते। ठीक है सर, मैं कोशिश। स्पीकर साहब मैं, चलो ठीक है जी, मैं तुहाडा राजा जी दा, डॉक्टर साहब बैठो, तुसी राजा जी दा नाम लिया गया सी, ये जवाब देना चाहुंदे है, काइंडली ब्रीफ एंड क्रिस्प। देखो स्पीकर साहब, इल्जामत लाने बड़े सौखे, सो मैं आपकी छोटी भैन थोड़े राही बेनती करनी चाहना है। हाँ जी, मैं बेनती करनी चाहना है कि जेड़ा इल्जामत लाने बड़े सौखे ने, पर काम करने बड़े औखे ने। हुण मैं अगर छोटी भैन की गल करा, मैं परसों वीडियो सुन रहा सी, ये कहिंदे मैं सियासत छड़ दूं जे संगरूर दी राजधानी चो असी चुनाव हार गए। ये साडी राजधानी है, मैं दिखा दूंगा। ये तुसी क्या सी भी कितों आम आदमी पार्टी देश चो कितों हार। ठीक है, सो मेरे कहने का मतलब जेड़ी बस स्टैंड दी गल सी, बस स्टैंड दी गल सी, एक मिनट यार, एक मिनट, हुण मैं बस स्टैंड दी गल सी, ओरे असे फिर मैं दोबारे ये कहन लग्या, ओरा उद्घाटन ही नहीं किया, वो बस स्टैंड दे आसे पैसे भी आए सी, वो बन भी लगे। दूजी गल, सानू लोगों ने नकारिया 5 साल बाद साडियां गलतियां करके, पर थोड़ा काम उन्होंने 3 महीनों च ही करता, 100 दिनों च ही राजधानी।